ਲੋ ਜੀ ਹੁਣ ਅਸੀਂ ਖੜੇ ਆਂ ਸੀ ਐਨ ਟਾਵਰ ਕੈਨੇਡਾ ਉਹਦੀ ਬਿਲਕੁਲ ਨੀਚੇ ਜੜਾਂ ਦੇ ਵਿੱਚ ਟੋਰਾਂਟੋ ਡਾਊਨਟਾਊਨ ਤੇ ਆਪਾਂ ਹੁਣ ਇੱਥੋਂ ਉੱਡਾਂਗੇ ਜੀ ਅਸਮਾਨ ਦੇ ਵਿੱਚੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਸੀ ਐਨ ਟਾਵਰ ਦੇ ਐਨ ਬਰਾਬਰ ਜਾ ਕੇ ਤੇ ਥੋੜਾ ਜਿਹਾ ਰਾਉਂਡ ਲਾ ਲਈਏ ਆਪਾਂ ਨੀਚੇ ਗਰਾਉਂਡ ਤੇ ਚਾਰ ਸਪੀਰੇ ਦਾ ਹੁਣ ਇਥੋਂ ਨੀਚੇ ਤੋਂ ਰਾਉਂਡ ਲਾ ਕੇ ਤੁਹਾਨੂੰ ਆਪਾਂ ਸੀ ਐਨ ਟਾਵਰ ਜਿਹੜਾ ਕੈਨੇਡਾ ਦਾ ਸਭ ਤੋਂ ਇੱਕ ਮਸ਼ਹੂਰ ਟਾਵਰ ਹੈ ਦੂਰ ਦੂਰ ਤੋਂ ਸੈਲਾਨੀ ਇਹਨੂੰ ਦੇਖਣ ਆਉਂਦੇ ਨੇ ਤੇ ਹੁਣ ਤੁਹਾਨੂੰ ਇਹ ਸੀ ਐਨ ਟਾਵਰ ਦੇ ਬਰਾਬਰ ਜਾ ਕੇ ਧੁਰ ਉੱਪਰ ਤੱਕ ਦਰਸ਼ਨ ਕਰਾਵਾਂਗੇ ਓਕੇ ਬਾਏ ਬਾਏ ਚਲੋ ਜੀ ਉੱਪਰ ਨੂੰ ਦਾਸ ਦੇ ਦੋਨੇ ਪਚੰਗੀ ਅੱਜ ਅਸੀਂ ਸੀਐਨ ਟਾਵਰ ਡਾਊਨਟਾਊਨ ਆਈਸੀ ਇੱਥੇ ਚਲੋ ਜੀ ਉੱਪਰ ਇਹ ਹੁਣ ਉੱਪਰ ਦਾ ਦ੍ਰਿਸ਼ ਤੁਸੀਂ ਸਾਰਾ ਵੇਖ ਰਹੇ ਹੋ ਆ ਸੀਐਨ ਟਾਵਰ ਇਹ ਸੀਐਨ ਟਾਵਰ ਦੀ ਜਣਾ ਤੋਂ نیچے ਤੋਂ ਲਿਫਟ ਜਿਹੜੀ ਜਾਂਦੀ ਹੈ ਜੀ ਤਿੰਨ ਚਾਰ ਲਿਫਟ ਨੇ ਤਿੰਨ ਲਿਫਟਾਂ ਨੇ ਇਹ ਚਾਰੇ ਪਾਸੇ ਇਹ ਬਿਲਡਿੰਗ ਹੈ ਜਿਹੜੀ ਆਪਣੇ ਆਪ ਰੰਗ ਬਦਲਦੀ ਹੈ ਤੁਰ ਤੱਕ ਜਾਂਦੇ ਆਂਦੇ ਆਪਾਂ ਨੂੰ ਰਸਤੇ 'ਚ ਦੇਖੋ ਕਈ ਰੰਗ ਇਹ ਬਦਲ ਲੂਗੀ ਕਦੇ ਆਪਣਾ ਕੋਈ ਰੰਗ ਬਣਾ ਲੈਂਦੀ ਹੈ ਬਿਲਡਿੰਗ ਕਦੇ ਕੋਈ ਬਣਾ ਲੈਂਦੀ ਹੈ ਹੁਣ ਆਪਾਂ ਅਸਮਾਨ ਵੱਲੋਂ ਉੱਪਰ ਜਾ ਰਹੇ ਆਂ ਸੀ ਐਨ ਟਾਵਰ ਦੇ ਅੱਧ ਦੇ ਵਿੱਚ ਜਾ ਕੇ ਇਹ ਜਿਹੜਾ ਉੱਪਰ ਬਣਿਆਗਾ ਰੈਸਟੋਰੈਂਟ ਹੈ ਜੀ ਇੱਥੇ ਇਹ ਰੈਸਟੋਰੈਂਟ ਬਣਿਆ ਹੋਇਆ ਹੈ ਇਸ ਤੋਂ ਉੱਪਰ ਜਾ ਕੇ ਵੀ ਅੱਗੇ ਵੀ ਜਿਹੜੇ ਸੈਲਾਨੀ ਜਾਂਦੇ ਨੇ ਇਹਦੇ ਅੰਦਰ ਜਾਣ ਦੀ ਟਿਕਟ ਹੈ ਉਹ 35 ਡਾਲਰ ਤੋਂ ਲੈ ਕੇ 40 42 ਡਾਲਰ ਤੱਕ 1 ਪਰਸਨ ਟਿਕਟ ਹੈ ਐਸ ਟਾਈਮ ਹੁਣ ਆਪਾਂ ਅਸਮਾਨ ਦੇ ਵਿੱਚ ਬਿਲਕੁਲ ਇਹਦੇ ਅੱਧ ਵਿੱਚ ਜਿੱਥੇ ਰੈਸਟੋਰੈਂਟ ਬਣਿਆ ਹੋਇਆ ਉੱਥੇ ਪਹੁੰਚ ਗਏ ਜੀ ਹੋਰ ਨੇੜੇ ਲਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹਦੇ ਚਾਰ ਸਪੀਰੇ ਬਿਲਡਿੰਗਾਂ ਟੋਰਾਂਟੋ ਦੀਆਂ ਰਾਤ ਦਾ ਨਜ਼ਾਰਾ ਦੇਖੋ ਆ ਸੱਜੇ ਪਾਸੇ ਜਿਹੜੀ ਥੱਲੇ ਬਿਲਡਿੰਗ ਦਿਖ ਰਹੀ ਹੈ ਹਰੇ ਜਿਹੇ ਰੰਗ ਦੀ ਇਹ ਟੀਲੀ ਬੈਂਕ ਦੀ ਬਿਲਡਿੰਗ ਹੈ ਜੀ ਜਿਹੜੀ ਕਿ 300 ਫੁੱਟ ਉੱਚੀ ਹੈ ਇਹ ਦੇਖੋ ਇੱਥੋਂ ਆਪਾਂ ਨੂੰ ਬਿਲਕੁਲ ਓਲੇ ਆ ਗਈ ਹੁਣ ਇਹ ਕਿੰਨੀ ਨੀਵੀਂ ਇਹ ਬਿਲਡਿੰਗ ਵੀ ਰਹੀ 300 ਫੁੱਟ ਉੱਚੀ ਬਿਲਡਿੰਗ ਦੇਖੋ ਅਲੱਗ ਅਲੱਗ ਤਰ੍ਹਾਂ ਦੇ ਰੰਗ ਨੇ ਜਿਹੜੇ ਉਹ ਬਦਲ ਰਹੇ ਨੇ ਉਹ ਦੂਰ ਜਿਹੜਾ ਤੁਸੀਂ ਇਸ ਮਾਨ ਚੋਂ ਵੇਖ ਰਹੇ ਹੋ ਲੇਟਾਂ ਉਹ 에어ਪੋਰਟ ਐ ਟ੍ਰਾਂਟੋ ਇਹ ਤੋਂ ਸਾਫ਼ ਨਜ਼ਰ ਆ ਰਿਹਾ ਟ੍ਰਾਂਟੋ ਸ਼ਹਿਰ ਦੀਆਂ ਸਾਰੀਆਂ ਸੜਕਾਂ ਉੱਚੀਆਂ ਬਿਲਡਿੰਗਾਂ ਉੱਚੀਆਂ ਤੋਂ ਉੱਚੀਆਂ ਬਿਲਡਿੰਗਾਂ ਵੀ ਨੇ ਜਿਹੜੀਆਂ ਉਹ ਸਭ ਨੀਚੇ ਰਹਿ ਗਈਆਂ ਥੱਲੇ ਆਪਾਂ ਟਾਪ ਵੱਲ ਉ ਜਾ ਰਹੇ ਹੁਣ ਇਸੇ ਤਰ੍ਹਾਂ ਜਿਹੜਾ ਸਾਡਾ ਚੈਨਲ ਹੈ ਇਹ ਪੁਰਾਣਾ ਪੰਜਾਬ ਇਹਨੂੰ ਸਬਸਕ੍ਰਾਈਬ ਕਰ ਦਿਓ ਬੈਲ ਦਾ ਬਟਨ ਵੀ ਦਬਾ ਦਿਓ ਤੁਹਾਨੂੰ ਕਿਉਂਕਿ ਅਸੀਂ ਕੈਨੇਡਾ ਦੇ ਟੂਰ ਤੇ ਆਏ ਹੋਏ ਹਾਂ ਤੁਹਾਨੂੰ ਨਵੀਆਂ ਨੇ ਮੇਂ ਚੀਜ਼ਾਂ ਦੇ ਹੋਰ ਨਜ਼ਾਰੇ ਨੇ ਜਿਹੜੇ ਦਿਖਾਵਾਂਗੇ ਆ ਦੇਖੋ ਇਸ ਬਿਲਡਿੰਗ ਨੇ ਹੁਣ ਪੂਰਾ ਰੰਗ ਆਪਣਾ ਬਦਲ ਲਿਆ ਕੋਸ਼ਿਸ਼ ਕਰਦੇ ਆਂ ਤੇ ਆਲੇ-ਦਾਲੇ ਗੇੜਾ ਲਾਉਣ ਦੀ ਆਪਾਂ ਕਿਉਂਕਿ ਜਿਆਦਾ ਇੱਥੇ ਡਰੋਨ ਐ ਜਿਹੜਾ ਉਡਾਉਣਾ ਐ ਉਹ ਵੀ ਕਿਉਂਕਿ ਇਹਦੇ ਨਾਲ ਬਿਲਡਿੰਗ ਦੇ ਸੈਂਸਰ ਵੀ ਲੱਗੇ ਹੋਏ ਨੇ ਨੇੜੇ ਜਿਆਦਾ ਨੇੜੇ ਵੀ ਨਹੀਂ ਆਪਾਂ ਜਾ ਸਕਦੇ ਪਰ ਕੋਸ਼ਿਸ਼ ਕਰਦੇ ਆ ਨੇੜੇ ਜਾਣ ਦੀ ਆ ਦੇਖੋ ਇਹ ਆਪਣੇ ਰੰਗ ਬਦਲ ਰਹੀ ਹੈ ਬਿਲਡਿੰਗ ਅਲੱਗ ਅਲੱਗ ਰੰਗ ਅਲੱਗ ਅਲੱਗ ਨਜ਼ਾਰੇ ਰਾਤ ਦਾ ਦ੍ਰਿਸ਼ ਟ੍ਰਾਂਟੋ ਡਾਉਨਟਾਊਨ ਏਰੀਆ ਸੀ ਐਂਡ ਟਾਵਰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਅਰ ਦੇਖੋ ਕਿਸ ਤਰ੍ਹਾਂ ਆਪਣੇ ਰੰਗ ਬਦਲ ਰਹੀ ਹੈ ਰਾਤ ਦਾ ਦ੍ਰਿਸ਼ ਤੇ ਰਾਤ ਦਾ ਨਜ਼ਾਰਾ ਜਿਹੜਾ ਤੁਸੀਂ ਵੇਖੋ ਦੇਖੋ ਅਲੱਗ ਅਲੱਗ ਤਰ੍ਹਾਂ ਦੇ ਹੁਣ ਆਪਾਂ ਕਾਫੀ ਨੇੜੇ ਆ ਗਏ ਇਸ ਬਿਲਡਿੰਗ ਦੇ ਇਹ ਨੀਚੇ ਦਾ ਨਜ਼ਾਰਾ ਹੈ ਉੱਪਰੋਂ ਹੁਣ ਨੀਚੇ ਨੂੰ ਕੈਮਰਾ ਆਪਣਾ ਸਟਰੀਟਾਂ ਦੇ ਸੜੀਆਂ ਨੇ ਜੀ ਸਾਰੀਆਂ ਉਸ ਤਰ੍ਹਾਂ ਤੁਸੀਂ ਦੇਖੋ ਨਿੱਕੀ ਨਿੱਕੀਆਂ ਕਾਰਾਂ ਜਾ ਰਹੀਆਂ ਨੇ ਤਕਰੀਬਨ ਆਪਾਂ ਹੁਣ 300 ਮੀਟਰ ਉੱਚਿਆਂ ਹੁਣ نیچے ਨੂੰ ਆ ਰਹੇ ਆ ਆ ਜਿਹੜੀ ਨੀਲੀ ਬਿਲਡਿੰਗ ਦਿਖ ਰਹੀ ਹੈ ਇਹ ਸਟੇਡੀਅਮ ਹੈ ਜੀ ਸਟੇਡੀਅਮ ਰੋਜ਼ਰ ਦਾ ਸਟੇਡੀਅਮ ਇਨਡੋਰ ਸਟੇਡੀਅਮ ਆਪਾਂ نیچے ਨੂੰ ਆ ਗਏ ਜੀ ਉਸੇ ਜਗ੍ਹਾ ਤੋਂ ਜਿੱਥੋਂ ਆਪਾਂ ਉੱਡੇ ਸੀ ਉੱਥੇ ਹੀ ਆਪਾਂ ਉਤਰ ਜਾਣਾ ਆ ਸਟਰੀਟ ਸਾਰੀ ਵੇਖੋ ਕਾਰਾਂ ਨਿੱਕੇ ਨਿੱਕੇ ਫਿਰ ਰਹੀਆਂ ਨੇ ਉਹ ਖੜੀ ਐ ਚਿੱਟੇ ਰੰਗ ਦੀ ਗੱਡੀ ਆਪਣੀ ਪੋਰ ਫਲੈਸ਼ਰ ਲਾ ਕੇ ਖੜਾਈ ਹੋਈ ਐ ਚਿੱਟੇ ਰੰਗ ਦੀ ਗੱਡੀ ਖੜੀ ਐ ਆਪਣੀ نیچے ਨੂੰ ਆ ਰਹੇ ਆਪਾਂ ਹੁਣ ਜਿੱਥੋਂ ਆਪਣਾ ਡਰੋਨ ਉੱਡਿਆ ਸੀ ਇਹ ਉਸੇ ਜਗ੍ਹਾ ਤੇ ਆਪਣੇ ਅਸੀਂ ਉੱਥੇ ਹੀ ਖੜਿਆ ਸਾਡੇ ਪੈਰਾਂ ਦੇ ਵਿੱਚ ਆ ਕੇ ਉਸੇ ਜਗ੍ਹਾ ਤੇ ਜਿੱਥੋਂ ਉੱਡਿਆ ਉਸੇ ਪੁਆਇੰਟ ਤੇ ਜਾ ਕੇ ਇਹ ਟਿਕੂਗਾ ਆਟੋਮੈਟਿਕ ਹੁਣ ਸੁਤਿੰਦਰਪਾਲ ਸਾਹਮਣੇ ਖੜਾ ਨਜ਼ਰ ਆਉਣ ਲੱਗ ਗਿਆ ਦੇਖੋ ਉਹਦੇ ਪੈਰਾਂ ਜਿੱਥੇ ਔੜਿਆ ਸੀ ਉੱਥੇ ਆ ਗਏ ਜੀ ਅਸੀਂ ਗਰਾਊਂਡ ਤੇ ਬਿਲਕੁਲ ਜ਼ੀਰੋ ਗਰਾਊਂਡ ਤੇ ਆ ਦੇਖੋ ਗਰਾਊਂਡ ਤੇ ਆ ਕੇ ਨੇ ਚਾਰ ਸਪੇਰੇ ਵਿੱਚ ਚਰ ਬਣਾ ਲਈ ਸੋ ਸਾਰਿਆਂ ਦਾ ਧੰਨਵਾਦ ਦਾਸ ਭਾਈ ਅਵਤਾਰ ਸਿੰਘ ਮਸਵਾਣਾ ਹਜ਼ੂਰੀ ਕੀਰਤਨੀ